ਬਰਫ਼ਬਾਰੀ ਦੇ ਕਾਰਨ ਲਗਭਗ 5 ਮਹੀਨਿਆਂ ਤੋਂ ਬੰਦ ਪਏ ਲੇਹ ਸ਼੍ਰੀਨਗਰ ਹਾਈਵੇ ਨੂੰ ਅੱਜ ਫਿਰ ਤੋਂ ਖੋਲ੍ਹ ਦਿੱਤਾ ਗਿਆ ਹੈ। ਆਵਾਜਾਈ ਲਈ ਯਾਤਰੀ ਹੁਣ ਇਸ ਹਾਈਵੇ ਨੂੰ ਉਪਯੋਗ ਵਿੱਚ ਲਿਆ ਸਕਣਗੇ। ਤੁਹਾਨੂੰ ਦੱਸ ਦਈਏ ਕਿ ਕਾਫੀ ਸਮੇਂ ਤੋਂ ਹਾਈਵੇ ਨੂੰ ਸਾਫ਼ ਕਰਨ ਦਾ ਕੰਮ ਚੱਲ ਰਿਹਾ ਸੀ। ਆਮ ਤੌਰ ਤੇ ਇਹ ਸੜਕ ਹਰ ਸਾਲ 15 ਮਈ ਦੇ ਨੇੜੇ ਖੁੱਲ੍ਹਦੀ ਹੈ, ਪਰ ਇਸ ਸਾਲ ਸਹੀ ਯੋਜਨਾ ਨਾਲ ਕੰਮ ਕਰਨ ਤੇ ਇਸ ਹਾਈਵੇ ਨੂੰ 5 ਮਈ ਤੇ ਹੀ ਖੋਲ੍ਹ ਦਿੱਤਾ ਗਿਆ ਹੈ। ਪਿਛਲੇ ਸਾਲ ਦਸੰਬਰ ਤੋਂ ਬਾਅਦ ਇਸ ਹਾਈਵੇ ਤੇ ਲੋਕਾਂ ਦੀ ਆਵਾਜਾਈ ਅੱਜ ਦੇਖਣ ਨੂੰ ਮਿਲੀ।